ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਵੱਲੋਂ ਆਯੋਜਿਤ ਆਯੋਗ ਦੀ ਬੈਠਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਦੇ ਨੁਕਤਾ ਚੀਨੀ ਕਰਦਿਆਂ ਆਖਿਆ ਕਿ ਇਸ ਸੂਬਾ ਸਰਕਾਰ ਨੇ ਸੂਬੇ ਦੀਆਂ ਸਮੱਸਿਆਵਾਂ ਨੂੰ ਕੌਮੀ ਪੱਧਰ ਤੇ ਚੁੱਕਣ ਦਾ ਇਹ ਸੁਨਹਿਰੀ ਮੌਕਾ ਗਵਾ ਦਿੱਤਾ ਹੈ। ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ 2022 ਵਾਸਤੇ ਟੀਚੇ ਮਿੱਥਣ ਦੇ ਲਈ ਐਤਵਾਰ ਨੂੰ ਸੱਦੀ ਗਈ ਨੀਤੀ ਆਯੋਗ ਦੀ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਸਮੇਤ ਤਿੰਨ ਮੁੱਖ ਮੰਤਰੀਆਂ ਨੂੰ ਛੱਡ ਕੇ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਹਾਜ਼ਰ ਰਹੇ। ਢੀਂਡਸਾ ਨੇ ਅਫਸੋਸ ਜ਼ਾਹਰ ਕੀਤਾ ਹੈ ਕਿ ਜਦੋਂ ਆਉਣ ਵਾਲੇ 15 ਸਾਲਾਂ ਸੰਬੰਧੀ ਇੱਕ ਦ੍ਰਿਸ਼ਟੀ ਦਸਤਾਵੇਜ਼ ਤੇ ਚਰਚਾ ਕੀਤੀ ਜਾ ਰਹੀ ਸੀ ਤਾਂ ਪੰਜਾਬ ਦਾ ਮੁੱਖ ਮੰਤਰੀ ਅਣਦੱਸੇ ਕਾਰਨਾਂ ਕਰਕੇ ਗੈਰ ਹਾਜ਼ਰ ਹੋ ਗਿਆ। ਢੀਂਡਸਾ ਅਨੁਸਾਰ ਸਾਨੂੰ ਇਹ ਢਿੱਲ ਪਹੁੰਚ ਤਿਆਗਣੀ ਪੈਣੀ ਹੈ ਅਤੇ ਅਕਾਲੀ ਭਾਜਪਾ ਦੁਆਰਾ ਸ਼ੁਰੂ ਕੀਤੇ ਗਏ ਵਿਕਾਸਮਈ ਕੰਮਾਂ ਨੂੰ ਜਾਰੀ ਰੱਖਣ ਦੇ ਲਈ ਕੇਂਦਰ ਦੇ ਨਾਲ ਉਸਾਰੂ ਰਿਸ਼ਤਾ ਕਾਇਮ ਕਰਨਾ ਪੈਣਾ।